ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆਪ ਸਭ ਦਾ? ਮੈਨੂੰ ਆਸ ਹੈ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ। ਜੇਕਰ ਦੁੱਧ ਥੋੜ੍ਹਾ ਜਿਹਾ ਖਰਾਬ ਹੋ ਜਾਵੇ ਤਾਂ ਉਹ ਦਹੀਂ ਬਣ ਜਾਂਦੀ ਹੈ, ਅਤੇ ਦਹੀਂ ਦੁੱਧ ਦੇ ਨਾਲੋਂ ਜ਼ਿਆਦਾ ਗੁਣਕਾਰੀ ਹੁੰਦੀ ਹੈ। ਜੇ ਦੁੱਧ ਜ਼ਿਆਦਾ ਖਰਾਬ ਹੋ ਜਾਵੇ ਤਾਂ ਉਹਦਾ ਪਨੀਰ ਬਣ ਜਾਂਦਾ, ਜੋ ਕਿ ਦਹੀਂ ਅਤੇ ਦੁੱਧ ਨਾਲੋਂ ਹੋਰ ਵੀ ਜ਼ਿਆਦਾ ਗੁਣਕਾਰੀ ਹੁੰਦਾ। ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਗਲਤੀਆਂ ਕਰਨ ਤੋਂ ਕਦੇ ਨਾ ਡਰੋ, ਕਿਉਂਕਿ ਤਜ਼ਰਬੇ ਗਲਤੀਆਂ ਕਰਨ ਨਾਲ ਹੀ ਆਉਂਦੇ ਨੇ, ਜਿਹੜੇ ਕਿ ਤੁਹਾਨੂੰ ਹੋਰ ਵੀ ਜ਼ਿਆਦਾ ਵੈਲਿਊਏਬਲ ਬਣਾ ਦਿੰਦੇ ਨੇ। ਉਸੇ ਤਰ੍ਹਾਂ ਕ੍ਰਿਸਟੋਫਰ ਕੋਲੰਬਸ, ਜਿਹੜੇ ਕਿ ਕਿਹਾ ਜਾਂਦਾ ਕਿ ਨੈਵੀਗੇਸ਼ਨਲ ਐਰਰ ਦੀ ਵਜ੍ਹਾ ਕਰਕੇ ਜਿਨ੍ਹਾਂ ਨੇ ਕਿ ਨਿਊ ਵਰਲਡ ਆਫ ਅਮੈਰੀਕਾ ਨੂੰ ਫਾਊਂਡ ਕੀਤਾ, ਸੋ ਮਿਸਟੇਕਸ ਤੋਂ ਕਦੇ ਨਹੀਂ ਘਬਰਾਉਣਾ ਚਾਹੀਦਾ। ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਕੰਮ ਅਸੀਂ ਵਧੀਆ ਤਰੀਕੇ ਨਾਲ ਸਿੱਖੀਏ, ਉਹਦੇ ਵਿੱਚ ਓਨੀਆਂ ਗਲਤੀਆਂ ਹੋਈਆਂ ਸੰਭਾਵਕ ਹੈਗੀਆਂ। ਪਰਫੈਕਟ ਕੋਈ ਨਹੀਂ ਹੁੰਦਾ। ਤੁਸੀਂ ਕਦੇ ਵੀ ਦੇਖਿਓ, ਸਿਰਫ ਪ੍ਰੈਕਟਿਸ ਸਾਨੂੰ ਪਰਫੈਕਟ ਨਹੀਂ ਬਣਾਉਂਦੀ। ਪ੍ਰੈਕਟਿਸ ਦੇ ਦੌਰਾਨ ਜੋ ਅਸੀਂ ਗਲਤੀਆਂ ਕਰਦੇ ਹੁੰਦੇ ਉਹ ਸਾਨੂੰ ਜ਼ਿਆਦਾ ਸਿਖਾਉਂਦੀਆਂ ਨੇ, ਅਤੇ ਉਹਨਾਂ ਦੇ ਨਾਲ ਅਸੀਂ ਜੋ ਸਿੱਖਦੇ ਹਾਂ ਨਾ ਉਹ ਅਸੀਂ ਛੇਤੀ ਭੁੱਲਦੇ ਵੀ ਨਹੀਂ ਹੈਗੇ।